ਬਾਈ ਜਸਵਿੰਦਰ ਸਿੰਘ ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਅੱਥਰੂ ਗੈਂ ਸਿੱਟੀ ਜਾਂਦੇ, ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ। ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਉਹ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉ੤ੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇੱਕ ਇਹ ਹੋ ਗਿਆ, 2 ਹੋ ਗਏ, 2-3 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ, ਲੱਤਾਂ ਤੇ 4-5 ਮੁੰਡੇ ਉਹਦੇ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇ ਬੰਦਗਾਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਬਾਈ ਜਸਵਿੰਦਰ ਸਿੰਘ ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਅੱਥਰੂ ਗੈਂ ਸਿੱਟੀ ਜਾਂਦੇ, ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ। ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਉਹ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇੱਕ ਇਹ ਹੋ ਗਿਆ, 2 ਹੋ ਗਏ, 2-3 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ, ਲੱਤਾਂ ਤੇ 4-5 ਮੁੰਡੇ ਉਹਦੇ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇ ਬੰਦਗਾਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਬਾਈ ਜਸਵਿੰਦਰ ਸਿੰਘ ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਅੱਥਰੂ ਗੈਂ ਸਿੱਟੀ ਜਾਂਦੇ, ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ। ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਉਹ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇੱਕ ਇਹ ਹੋ ਗਿਆ, 2 ਹੋ ਗਏ, 2-3 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ, ਲੱਤਾਂ ਤੇ 4-5 ਮੁੰਡੇ ਉਹਦੇ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇ ਬੰਦਗਾਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਬਾਈ ਜਸਵਿੰਦਰ ਸਿੰਘ ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਅੱਥਰੂ ਗੈਂ ਸਿੱਟੀ ਜਾਂਦੇ, ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ। ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਉਹ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਾ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇੱਕ ਇਹ ਹੋ ਗਿਆ, 2 ਹੋ ਗਏ, 2-3 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ, ਲੱਤਾਂ ਤੇ 4-5 ਮੁੰਡੇ ਉਹਦੇ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇ ਬੰਦਗਾਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ।